नमस्कार दोस्तों, मैं प्रीति शर्मा, द फैक्ट टाइम में आपका स्वागत है। आज हम पंजाब के कुछ लोगों से विचार जान रहे हैं कि आज लोग क्या कहते हैं सन डॉक्टर गुरमीत राम रहीम सिंह जिंदसा के बारे में, क्या कहना चाहते हैं, क्या समाज को उनके कामों की उनकी ज़रूरत है, क्यों ज़रूरत है, क्या कहना है लोगों का, सीधी बात लोगों से। नमस्कार, क्या नाम है आपका? आशा रानी। आशा रानी जी, तुसी की कहना चाहोगे कि समाज नू जरूरत है गुरु जी दी? हाँ जी, समाज नू बहुत जरूरत है पिता जी दी, बहुत ज़्यादा, इतनी ज़्यादा जरूरत है कि बुराइयां छुड़ावे, नशा पता छुड़ावे, सब नू सीधे रस्ते ते पावे, सारी दुनिया नू मतलब अपने नाल जोड़ रखे ते जोड़दे रहन। असीं उन्हां दे बिना बहुत ही उदास हाँ, इन्ने उदास हाँ कि जल्द तो जल्द रिहा किया जाए सरकार अगे, यही अपील है साडी। ਤੁਸੀਂ ਕਿਉਂ ਮੰਗ ਕਰ ਰਹੇ ਹੋ ਉਹਨਾਂ ਦੀ, ਕੀ ਕੀਤਾ, ਕੀ ਕੰਮ ਕੀਤੇ ਨੇ ਉਹਨਾਂ ਨੇ ਆਖਿਰ ਸਮਾਜ ਲਈ, ਇਸ ਦੇਸ਼ ਲਈ, ਜੋ ਦੇਸ਼ 'ਚ ਵਾਪਸ ਆਉਣ ਜਾਂ ਸਮਾਜ 'ਚ ਵਾਪਸ ਆਉਣ? ਉਹਨਾਂ ਨੇ ਸਾਰੀ ਬੁਰਾਈਆਂ ਛੁਡਾਈਆਂ, ਲੜਕੀਆਂ ਦੀ ਮੈਰਿਜ ਕਰਾਈ ਹੈ, ਗਰੀਬਾਂ ਨੂੰ ਦਾਨ ਦਿੱਤਾ, ਗਰੀਬਾਂ ਦੀ ਲੜਕੀਆਂ ਦੀ ਸ਼ਾਦੀ ਕਰਾਈ ਹੈ, ਸਭ ਨੂੰ ਮਤਲਬ ਸਾਡੇ ਮਾਨਤਾ ਭਲਾਈ ਨਾਲ ਜੋੜਿਆ ਉਹਨਾਂ ਨੇ, ਸਭ ਦੀ ਬੁਰਾਈਆਂ ਛੁਡਾਈਆਂ, ਨਸ਼ਾ ਪਤਾ ਛੁਡਾਇਆ, ਸ਼ਰਾਬਾਂ ਤੋਂ ਛੁਡਾ ਕੇ ਉਹਨਾਂ ਨੇ ਸਿੱਧੇ ਰਸਤੇ 'ਤੇ ਪਾਇਆ, ਨਾਮ ਦਿੱਤਾ, ਨਾਮ ਜਪਾਇਆ, ਸਭ ਨੂੰ, ਸਾਨੂੰ ਬਹੁਤ ਹੀ ਜ਼ਰੂਰਤ ਹੈ ਉਹਨਾਂ ਦੀ, ਬਹੁਤ ਜ਼ਿਆਦਾ ਜ਼ਰੂਰਤ ਹੈ ਇਸ ਟਾਈਮ 'ਤੇ। ਉਹਨਾਂ ਨੇ ਕਿੰਨੇ ਕੁ ਲੋਕਾਂ ਦੀਆਂ ਬੁਰਾਈਆਂ ਛੁਡਵਾਈਆਂ ਹੋਣਗੀਆਂ, ਤੁਹਾਨੂੰ ਕੀ ਲੱਗਦਾ? ਬਹੁਤ ਲੋਕਾਂ ਦੀ ਬੁਰਾਈਆਂ ਛੁਡਾਈਆਂ, ਅਸੀਂ ਕਹਿ ਹੀ ਨਹੀਂ ਸਕਦੇ ਵੀ ਇੰਨੇ ਲੋਕਾਂ ਦੀ ਗਿਣਤੀ ਵੀ ਨਹੀਂ ਹੈ ਸਾਡੇ ਕੋਲ ਵੀ ਜਿਨ੍ਹਾਂ ਨੇ ਉਹਨੇ ਬੁਰਾਈਆਂ ਛੁਡਾਈਆਂ ਨੇ। ਬਹੁਤ ਭਲਾਈ ਦੇ ਕੰਮ ਕੀਤੇ ਨੇ ਉਹਨਾਂ, ਹੁਣ ਵੀ ਸਾਨੂੰ ਜ਼ਰੂਰਤ ਹੈ ਉਹਨਾਂ ਦੀ ਵੀ ਆ ਕੇ ਨਸ਼ਾ ਪੱਤਾ ਛੁਡਾਉਣ। ਅਸੀਂ ਬਾਹਰ ਨਹੀਂ ਨਿਕਲ ਸਕਦੇ, ਅਸੀਂ ਭੈਣਾਂ ਅੰਦਰ ਬੈਠੀਆਂ, ਬਾਹਰ ਇੰਨੇ ਬੁਰਾਈਆਂ ਹੋ ਰਹੀਆਂ ਕਿ ਕੋਈ ਧੀ ਭੈਣ ਬਾਹਰ ਨਹੀਂ ਜਾ ਸਕਦੀ ਇਸ ਟਾਈਮ। ਧੀਆਂ ਭੈਣਾਂ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਵੀ ਡੇਰਾ ਸੱਚਾ ਸੌਦਾ ਜਾਂਦੇ ਰਹਿੰਦੇ? ਹਾਂਜੀ, ਮੈਂ ਬਹੁਤ ਜਾਂਦੀ ਹਾਂ, ਮੈਂ ਅੱਜ ਤੋਂ ਨਹੀਂ 45 ਸਾਲ ਤੋਂ ਜਾ ਰਹੀ ਹਾਂ, ਪਹਿਲੇ ਵੀ ਜਾਂਦੀ ਸੀ, ਮੇਰੀ ਮੈਰਿਜ ਨਹੀਂ ਹੋਈ ਸੀ ਉਦੋਂ ਪਹਿਲੇ ਵੀ ਜਾਂਦੇ ਸੀਗੇ ਅਸੀਂ, ਅਤੇ ਅਸੀਂ ਇਹੋ ਜਿਹਾ ਕੋਈ ਕੰਮ ਨਹੀਂ ਦੇਖਿਆ ਵੀ ਜਿਹੜੇ ਪਿਤਾ ਜੀ ਦੇ ਵਿਰੁੱਧ ਹੋਵੇ ਜਾਂ ਲੜਕੀਆਂ ਦੇ ਵਿਰੁੱਧ ਹੋਵੇ ਜਾਂ ਕੋਈ ਗਲਤ ਕੰਮ ਹੋ ਜਾਵੇ। ਅਸੀਂ ਦਿਨ ਰਾਤ ਹੀ ਉੱਥੇ ਸੇਵਾ ਕਰਦੇ ਸੀ, ਦਿਨ ਰਾਤ ਹੀ ਜਾਂਦੇ ਸੀ ਅਸੀਂ ਉੱਥੇ, ਰਾਤ ਨੂੰ ਵੀ ਸਤਸੰਗਾਂ 'ਤੇ ਜਾਂਦੇ ਸੀ, ਪਹਿਲੇ ਰਾਤ ਨੂੰ ਸਤਸੰਗ ਹੁੰਦੀ ਸੀਗੀ, ਅਸੀਂ ਉਦੋਂ ਵੀ ਜਾਂਦੇ ਸੀਗੇ, ਕੋਈ 12-1 ਵਜੇ ਘਰ ਆਉਂਦੇ ਸੀ ਵਾਪਸ ਲੋਟ ਕੇ, ਅਤੇ ਅਸੀਂ ਕੋਈ ਵੀ ਇਹੋ ਜਿਹਾ ਮਤਲਬ ਬੁਰਾ ਕੰਮ ਨਹੀਂ ਦੇਖਿਆ ਵੀ ਜਿਹੜੇ ਮਤਲਬ ਮੀਡੀਆ ਹੁਣ ਜੋ ਉਛਾਲ ਰਹੀ ਹੈ ਜਾਂ ਚੱਕ ਰਹੀ ਹੈ, ਅਸੀਂ ਇਹੋ ਜਿਹਾ ਕੋਈ ਕੰਮ ਨਹੀਂ ਦੇਖਿਆ ਉੱਥੇ। ਸੁਰੱਖਿਅਤ ਹੁੰਦੀਆਂ ਪੂਰੀਆਂ? ਹਾਂਜੀ, ਬਹੁਤ ਜ਼ਿਆਦਾ ਸੀ, ਰਾਤ ਨੂੰ 1 ਵਜੇ ਵੀ ਘਰ ਆ ਜਾਂਦੇ ਸੀ ਨਾ, ਸਾਨੂੰ ਕੋਈ ਨਹੀਂ ਡਰ ਨਹੀਂ ਸੀ ਵੀ ਕੋਈ ਰਸਤੇ ਸਾਨੂੰ ਛੇੜ ਦੇਗਾ ਜਾਂ ਕੋਈ ਬੁਰਾ ਕੰਮ ਕਰੇਗਾ ਜਾਂ ਕੋਈ ਬੁਰਾਈ ਵੱਲ ਦੇਖੇਗਾ ਸਾਨੂੰ, ਵੀ ਅਸੀਂ ਬਹੁਤ ਜ਼ਿਆਦਾ ਸਹੀ ਆ ਰਹੇ ਸੀ ਅਸੀਂ ਘਰੇ। ਜਿਵੇਂ ਤੁਸੀਂ 40-50 ਸਾਲਾਂ ਤੋਂ ਜਾ ਰਹੇ ਹੋ? ਹਾਂਜੀ, 45 ਸਾਲਾਂ ਤੋਂ ਜਾ ਰਹੇ ਹਾਂ। ਜੀ, ਕਾਫੀ ਲੰਮਾ ਸਮਾਂ ਹੈ, ਤੇ ਇੰਨੇ ਸਮੇਂ 'ਚ ਮਤਲਬ ਤੁਸੀਂ ਬਹੁਤ ਕੁਛ ਉੱਥੇ ਦੇਖਿਆ ਹੋਊਗਾ, ਮਤਲਬ ਤੁਸੀਂ ਬਹੁਤ ਕੁਛ ਸਮਝਿਆ ਹੋਊਗਾ, ਪਰਖਿਆ ਹੋਊਗਾ, ਤੇ ਤੁਸੀਂ ਇਸ ਦੇਸ਼ ਦੀਆਂ ਲੜਕੀਆਂ, ਇਸ ਸਮਾਜ ਦੀਆਂ ਲੜਕੀਆਂ ਜਿਨ੍ਹਾਂ ਨੇ ਮੀਡੀਆ ਦੁਆਰਾ ਦੇਖਿਆ ਡੇਰਾ ਸੱਚਾ ਸੌਦਾ ਨੂੰ ਜਾਂ ਗੁਰੂ ਜੀ ਨੂੰ ਜਿਵੇਂ ਉਹਨਾਂ ਨੂੰ ਦਿਖਾਇਆ ਗਿਆ ਉਵੇਂ ਉਹਨਾਂ ਨੇ ਦੇਖਿਆ, ਤੁਸੀਂ ਵੀ ਇੱਕ ਲੜਕੀ ਹੋ, ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਵੀ ਕੀ ਹੈ ਡੇਰਾ ਸੱਚਾ ਸੌਦਾ, ਤੁਸੀਂ ਉਹਨਾਂ ਨੂੰ ਕੀ ਸਮਝਾਓਗੇ ਕੀ ਡਰ ਹੈ ਕਿ ਨਹੀਂ ਡੇਰਾ ਸੱਚਾ ਸੌਦਾ 'ਚ, ਅਸਲੀਅਤ ਕੀ ਹੈ? ਅਸੀਂ ਇਹੀ ਕਹਿੰਦੇ ਹਾਂ, ਅਸਲੀਅਤ ਹੈ ਇੱਥੇ ਕੋਈ ਡਰ ਨਹੀਂ ਹੈ, ਭਾਵੇਂ ਰਾਤ ਨੂੰ ਇਕੱਲੀ ਲੜਕੀ ਸੋ ਜਾਵੇ, ਭਾਵੇਂ ਬੱਚਾ ਸੋ ਜਾਵੇ, ਮਰਜ਼ੀ ਕੁਛ ਵੀ ਹੋ ਜਾਵੇ ਰਾਤ ਨੂੰ, ਉੱਥੇ ਕੁਛ ਵੀ ਨਹੀਂ, ਕੋਈ ਡਰ ਵੀ ਹੈ ਨਹੀਂ, ਇੰਨਾ ਪ੍ਰਬੰਧ ਹੈ ਕਿ ਜੈਂਟਸ ਅਲੱਗ ਸੁਣਦੇ ਹੈ, ਲੇਡੀਜ਼ ਅਲੱਗ ਸੁਣਦੇ ਹੈ, ਇਸ ਤਰ੍ਹਾਂ ਦਾ ਮਤਲਬ ਉੱਥੇ ਮਾਹੌਲ ਹੈਗਾ ਵੀ ਸਾਨੂੰ ਕੋਈ ਕਿਸੇ ਦਿਲ ਵੀ ਡਰ ਵਾਲੀ ਕੋਈ ਗੱਲ ਨਹੀਂ। ਅਸੀਂ ਲੜਕੀਆਂ ਨੂੰ ਇਹੀ ਮੈਸੇਜ ਦਿੰਦੇ ਹਾਂ ਵੀ ਜਿਹੜੇ ਤੁਸੀਂ ਗਲਤ ਇਲਜ਼ਾਮ ਲਾਏ ਹੈ ਉਹ ਤੁਸੀਂ ਵਾਪਸ ਲਓ, ਅਤੇ ਪਿਤਾ ਜੀ ਨੂੰ ਸਰਕਾਰ ਤੋਂ ਅਪੀਲ ਹੈ ਕਿ ਜਲਦੀ ਜਲਦੀ ਰਿਹਾ ਕੀਤਾ ਜਾਵੇ। ਸਾਨੂੰ ਤੜਫ ਹੈਗੀ ਵੀ ਅਸੀਂ ਜਲਦ ਤੋਂ ਜਲਦ ਦਰਸ਼ਨ ਕਰੀਏ ਪਿਤਾ ਜੀ ਦੇ, ਵੀ ਸਾਨੂੰ ਹੁਣ ਕੋਈ ਦਿੱਕਤ ਨਹੀਂ ਹੈਗੀ, ਬਸ ਆਹੀ ਹੈ ਵੀ ਜਲਦ ਤੋਂ ਜਲਦ ਪਿਤਾ ਜੀ ਨੂੰ ਰਿਹਾ ਕੀਤਾ ਜਾਵੇ ਅਤੇ ਜਲਦ ਤੋਂ ਜਲਦ ਆ ਜਾਣ। ਬਹੁਤ ਬਹੁਤ ਧੰਨਵਾਦ। ਇਹ ਹੈ ਅਸਲੀ ਸੱਚਾਈ ਜੋ ਆਪਣੇ ਕਹੀਂ ਸੂਤਰੋਂ ਕੇ ਹਵਾਲੇ ਸੇ ਨਹੀਂ ਦੇਖੀ ਹੋਗੀ, ਲਗਾਤਾਰ ਹਮ ਲੋਗੋਂ ਕੇ ਬੀਚ ਮੇਂ ਪਹੁੰਚ ਰਹੇ ਹੈਂ, ਆਪਕੋ ਸੀਧਾ ਸੱਚ ਦਿਖਾ ਰਹੇ ਹੈਂ, ਇਹ ਕਿਤਨੇ ਸਮੇਂ ਸੇ ਡੇਰਾ ਸੱਚਾ ਸੌਦਾ ਸੇ ਜਾ ਰਹੇ ਹੈਂ। ਇਹ ਵੀ ਇੱਕ ਲੜਕੀ ਹੈ, ਇੱਕ ਔਰਤ ਹੈ ਜੋ ਬਤਾ ਰਹੀ ਹੈ ਕਿ ਜੋ ਮੀਡੀਆ ਨੇ ਦਿਖਾਇਆ ਸਪੈਸ਼ਲੀ ਬਹਿਨ ਬੇਟੀਓ ਕੇ ਲੀਏ, ਵੈਸਾ ਡੇਰਾ ਸੱਚਾ ਸੌਦਾ ਮੇਂ ਬਿਲਕੁਲ ਵੀ ਨਹੀਂ ਹੈ। ਸਵਾਲ ਆਪਕੇ ਲੀਏ, ਆਖਿਰ ਕਿਉਂ ਇਸ ਤਰ੍ਹਾਂ ਸੇ ਡੇਰਾ ਸੱਚਾ ਸੌਦਾ ਕੋ ਵੈ ਗੁਰੂ ਜੀ ਕੋ ਬਦਨਾਮ ਕੀਆ ਗਿਆ? ਆਪ ਲੋਕ ਜ਼ਰੂਰ ਸੋਚੀਏ, ਕਹਾਂ ਇਹ ਬਤਾ ਰਹੇ ਹੈ ਕਿ ਆਜ ਸਮਾਜ ਕੋ ਉਨਕੇ ਕਾਮੋ ਕੇ ਲੀਏ ਜੋ ਉਨ੍ਹੋਂਨੇ ਇਤਨੇ ਕਾਮ ਚਲਾਏ ਹੋਏ ਹੈ, ਉਨਕੀ ਜ਼ਰੂਰਤ ਹੈ ਸਮਾਜ ਕੋ, ਕਹਾਂ ਹਮਾਰੇ ਦੇਸ਼ ਕਾ ਸਤੰਭ, ਚੌਥਾ ਸਤੰਭ ਜੋ ਮੀਡੀਆ ਹੈ ਵੋ ਕਿਆ ਦਿਖਾ ਰਹਾ ਹੈ, ਆਖਿਰ ਕਿਉਂ? ਸਵਾਲ ਆਪਕੇ ਲੀਏ, ਜਵਾਬ ਜ਼ਰੂਰ ਡਾਲੀਏ ਕਮੈਂਟ ਬਾਕਸ ਮੇਂ, ਔਰ ਸੱਚ ਕਾ ਸਾਥ ਦੇਣੇ ਕੇ ਲੀਏ ਇਸ ਚੈਨਲ ਕੋ ਵੀ ਜ਼ਰੂਰ ਸਬਸਕ੍ਰਾਈਬ ਕਰੇਂ, ਜੁੜੇ ਰਹੀਏ, ਦੇਖਤੇ ਰਹੀਏ, ਦ ਫੈਕਟ ਆਈ। ਧੰਨਵਾਦ।